ਸੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਬੜੀ ਹੀ ਅਹਿਮ ਜਾਣਕਾਰੀ ਹੈਗੀ ਹੈ, ਕਿਉਂਕਿ ਇਲੈਕਸ਼ਨ ਦਾ ਟਾਈਮ ਆ ਰਿਹਾ, ਲੋਕ ਸਭਾ ਚੋਣਾਂ ਨਜ਼ਦੀਕ ਨੇ। ਸੋ ਹਰ ਇੱਕ ਲੀਡਰ ਕਹਿੰਦਾ ਕਿ ਸਾਡੇ ਸਮਾਜ ਦਾ ਹੋਣਹਾਰ ਕੋਈ MP ਬਣੇ, ਕੋਈ MLA ਬਣੇ। ਸੋ ਅਸੀਂ ਆਪਣੇ ਸਮਾਜ ਦੀ ਗੱਲ ਕਰਦੇ ਹਾਂ, ਕਿਉਂਕਿ ਰਾਜਸਿਕ ਸਮਾਜ ਦੇ ਜਿਹੜੇ ਹੋਣਹਾਰ ਹੀਰਾ, ਜਿਹੜੇ ਵੱਖ ਵੱਖ ਡਿਪਾਰਟਮੈਂਟ ਦੇ ਵਿੱਚ ਕਿਹਾ ਜਾ ਸਕਦਾ IFS ਅਫਸਰ ਵੀ ਰਹੇ ਨੇ ਜਰਮਨ ਦੇ, ਉਹਨਾਂ ਨੇ ਆਪਣੀ ਸਰਵਿਸ ਕੀਤੀ ਹੈ, ਅਤੇ ਉਹ ਕਾਫੀ ਜਿਹੜੀ ਡੂੰਘੀ ਖੋਜ ਰੱਖਦੇ ਨੇ, ਡੂੰਘੀ ਜਾਣਕਾਰੀ ਰੱਖਦੇ ਨੇ। ਉਹਨਾਂ ਤੋਂ ਜਾਣਕਾਰੀ ਜਿਹੜੀ ਅੱਜ ਅਸੀਂ ਅਹਿਮ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਉਹ ਜਾਣਕਾਰੀ 1947 ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਜੋ ਸਾਡੇ ਸਮਾਜ ਦੇ MLA MP ਸਾਹਿਬਾਨ ਬਣਦੇ ਆਏ ਨੇ ਜਾਂ ਉਮੀਦਵਾਰ ਬਣਦੇ ਆਏ ਨੇ, ਉਹਨਾਂ ਬਾਰੇ ਜਾਣਕਾਰੀ ਜੋ ਅਹਿਮ ਹੋਣ ਵਾਲੀ ਹੈ। ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਆਪਣੇ ਕਮੈਂਟ ਜ਼ਰੂਰ ਦਿਓ। ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਰੱਖਦੇ ਹੋ ਤਾਂ ਉਹ ਜਾਣਕਾਰੀ ਜਿਹੜੀ ਹੈਗੀ ਤੁਸੀਂ ਸਾਡੇ ਨਾਲ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਸਾਂਝੀ ਕਰਿਓ ਅਤੇ ਸਾਨੂੰ ਹੌਸਲਾ ਅਫਜਾਈ ਦੇਣ ਲਈ ਆਪਣੇ ਕਮੈਂਟ ਜ਼ਰੂਰ ਕਰਦੇ ਰਹੋ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ। ਅਤੇ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਗੁਰਦੀਪ ਸਿੰਘ ਵੜਵਾਲ ਜੀ ਦਾ ਸਵਾਗਤ ਕਰਦੇ ਹਾਂ ਜੀ, ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਵੜਵਾਲ ਸਾਹਿਬ, ਸਭ ਤੋਂ ਪਹਿਲਾਂ ਸਟਾਰਟਿੰਗ 1937 ਦੇ ਵਿੱਚ ਹੁੰਦੀ ਹੈ ਜਦੋਂ ਸਾਡਾ ਸਮਾਜ ਦਾ ਇੱਕ ਉਮੀਦਵਾਰ ਖੜਾ ਹੁੰਦਾ ਹੈ, ਅਤੇ ਉਸ ਬਾਰੇ ਜਾਣਕਾਰੀ ਸਾਂਝੀ ਕਰੋ, ਕਿਸ ਤਰ੍ਹਾਂ ਦਾ ਕੀ ਨਾਮ ਸੀ ਉਹਨਾਂ ਦਾ ਅਤੇ ਕਿਹੜੀ ਜਗ੍ਹਾ ਤੋਂ ਕਿਹੜੇ ਹਲਕੇ ਤੋਂ ਵਿਧਾਨ ਸਭਾ ਲਈ ਖੜੇ ਹੋਏ ਸੀਗੇ ਜਾਂ ਜਿਹੜਾ ਲੋਕ ਸਭਾ ਲਈ ਖੜੇ ਹੋਏ ਸੀਗੇ? ਹਾਂਜੀ, ਮੇਰਾ ਜਨਮ ਤਾਂ 1949 'ਚ ਹੋਇਆ ਜੀ ਜੀ, ਲੇਕਿਨ ਸਭ ਤੋਂ ਪਹਿਲੇ ਜਿਹੜਾ ਐਕਟ ਬਣਿਆ ਸੀ 1935 ਦਾ, ਗਵਰਨਮੈਂਟ ਆਫ ਇੰਡੀਆ ਐਕਟ, ਅਤੇ ਉਸ ਦੇ ਅਧੀਨ ਪਹਿਲਾ ਇਲੈਕਸ਼ਨ ਜਿਹੜਾ ਸੀ 1937 'ਚ ਹੋਇਆ ਸੀ MLA ਦਾ, ਅਤੇ ਪਾਰਲੀਮੈਂਟ ਦਾ ਵੀ ਹੋਇਆ ਸੀਗਾ। 37 ਦੇ ਵਿੱਚ ਇੱਕ ਬੇਦੀ ਖੜਾ ਹੋਇਆ ਸੀ ਜਿਹੜਾ ਕਿ ਥੋੜ੍ਹੀਆਂ 50 ਵੋਟਾਂ 'ਤੇ ਜਿੱਤ ਗਿਆ ਸੀ ਪਾਕਪਟਨ ਜ਼ਿਲ੍ਹਾ ਮਿੰਟਕੁਮਰੀ ਤੋਂ ਪਾਕਿਸਤਾਨ ਵਿੱਚ। ਉਸਦਾ ਨਾਂ ਸੀ ਪ੍ਰਤਾਪ ਸਿੰਘ, ਥੋੜ੍ਹੀਆਂ ਵੋਟਾਂ ਦੇ ਸਾਡਾ ਬੰਦਾ ਹਾਰ ਗਿਆ ਸੀ, ਲੇਕਿਨ ਸਖ਼ਤ ਮੁਕਾਬਲਾ ਦਿੱਤਾ ਸੀ। ਉਸ ਤੋਂ ਬਾਅਦ 1946 ਦੇ ਵਿੱਚ ਦੂਸਰਾ ਇੱਕ ਪ੍ਰਤਾਪ ਸਿੰਘ, ਉਹ ਇੱਕ ਅਕਾਲੀ ਪਾਰਟੀ ਵੱਲੋਂ ਆਜ਼ਾਦ ਦੇ ਤੌਰ 'ਤੇ ਪਾਰਟੀ 'ਚ ਛੋਟੀ ਸੀ ਅਤੇ ਉਹ ਖੜਾ ਹੋਇਆ ਸੀ, ਅਤੇ ਉਹ ਵੋਟਾਂ 'ਤੇ ਉਹਨਾਂ ਨੂੰ ਭਾਰੀ ਵੋਟਾਂ 'ਤੇ ਉਹਨਾਂ ਨੂੰ ਬੇਦੀ ਨੂੰ ਹਰਾਇਆ ਸੀ, ਦੂਸਰੇ ਬੇਦੀ ਨੂੰ ਗੁਰਦਿੱਤ ਸਿੰਘ ਨੂੰ ਹਰਾਇਆ ਸੀਗਾ। ਫਿਰ ਉਹਨੂੰ ਤਾਂ ਵੈਸੇ ਨਹੀਂ ਮਿਲੇ, ਬਾਅਦ ਜਿੱਥੇ ਹੈ ਮੇਰੀ ਉਹਦੇ ਨਾਲ ਇੱਕ ਦੋ ਵਾਰੀ ਫੋਨ 'ਤੇ ਗੱਲ, ਬਿਮਾਰ ਰਹਿੰਦੇ ਸੀ, ਉਹਨਾਂ ਦੀ 76 'ਚ ਡੈਥ ਹੋ ਗਈ। ਨਰਿੰਦਰ ਸਿੰਘ ਸੋਹਣਾ ਸੀ ਉਹਨਾਂ ਦਾ ਨਾਂ, ਅਤੇ ਲੇਕਿਨ 1951 ਦੇ ਵਿੱਚ ਪ੍ਰਤਾਪ ਸਿੰਘ ਜਲਾਲਾਬਾਦ ਤੋਂ ਜਿਹੜਾ ਸੀ ਉਹ ਬਣਿਆ ਸੀ ਆਜ਼ਾਦ ਪਾਰਟੀ 'ਚ, ਆਜ਼ਾਦੀ ਤੋਂ ਬਾਅਦ ਉਹ ਮੌਜਮ ਦਾ ਸੀ, ਉਹ ਮੈਨੂੰ ਇੱਥੇ ਦਿੱਲੀ ਆ ਕੇ ਮਿਲੇ ਵੀ ਸੀ। ਫਿਰ 1957 ਦੇ ਵਿੱਚ ਗਿਆਨੀ ਬਖਤਾਵਰ ਸਿੰਘ, ਪ੍ਰਤਾਪ ਸਿੰਘ ਤਾਂ ਆਜ਼ਾਦ ਹੀ ਜਿੱਤਿਆ ਸੀ, ਅਤੇ ਪ੍ਰਤਾਪ ਜੇ ਉਹਦੇ ਵਿਧਾਨ ਸਭਾ ਕਿਹੜਾ ਸੀਗਾ? ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਗੁਰੂ ਸਾਹਿਬ ਇੱਕ ਹੀ ਸੀਗਾ ਇੱਕ ਸੀਗਾ। ਫਿਰ ਉਹ ਬਖਤਾਵਰ ਸਿੰਘ ਨੂੰ ਕਾਂਗਰਸ ਦੀ ਟਿਕਟ 57 'ਚ ਮਿਲੀ, ਕਾਂਗਰਸ ਵੱਲੋਂ ਜਿੱਤ ਗਿਆ ਸੀ, ਅਤੇ 62 'ਚ ਫਿਰ ਕਾਂਗਰਸ ਦੀ ਉਹਨੂੰ ਉਹ ਟਿਕਟ ਮਿਲੀ, ਤੇ ਉਹ ਫਿਰ ਹਾਰ ਗਿਆ ਸੀਗਾ। ਤੇ ਫਿਰ ਹਲਕੇ 2 ਹੋ ਗਏ, 67 'ਚ ਫੁੰਮਨ ਸਿੰਘ ਕਾਮਰੇਡ ਜਲਾਲਾਬਾਦ ਤੋਂ ਜਿੱਤਿਆ ਸੀਗਾ, ਤੇ 67 'ਚ ਬਖਤਾਵਰ ਸਿੰਘ ਫਿਰ ਆਜ਼ਾਦ ਖੜਾ ਹੋਇਆ ਸੀ, ਉਹਦਾ ਮੈਂ ਪੋਲਿੰਗ ਏਜੰਟ ਵੀ ਸੀਗਾ 67 'ਚ। ਫਿਰ ਉਹ 67 'ਚ ਉਹ ਬਾਅਦ 'ਚ ਇੱਕ ਵਾਰੀ
ਡਿਪਟੀ ਮਿਨਿਸਟਰ ਵੀ ਬਣਿਆ ਸੀ ਬਖਤਾਵਰ ਸਿੰਘ ਮੈਮ ਦੇ ਪਿੰਡ ਵੀ ਜਾਂਦਾ ਸੀ ਉਹ ਫਿਰੋਜ਼ਪੁਰ ਕਿਹੜੇ ਪਿੰਡ ਨਾਲ ਸੰਬੰਧਿਤ ਸੀਗੇ ਉਹ ਬਾਰੇ ਕਿਤੇ ਫਿਰ ਫਿਰੋਜ਼ਪੁਰ ਸੀ ਉਹਦਾ ਉਹਦੀ ਗੋਦ ਸੀ ਪਵਾਰ ਸੀਗੇ ਤੇ ਗਿਆਨੀ ਬਖਤਾਵਰ ਸਿੰਘ ਉਹ ਲਿਖਦੇ ਸੀ 12 ਜਮਾਤਾਂ ਪੜ੍ਹੇ ਸੀ ਉਹਦਾ ਭਰਾ ਬੀ ਏ ਵੀ ਪਾਸ ਸੀ ਪ੍ਰਤਾਪ ਸਿੰਘ ਜਿਹੜਾ 51 'ਚ ਉਹ ਬੀ ਏ ਪਾਸ ਸੀਗੇ ਅੰਗਰੇਜ਼ੀ ਉਹਨੂੰ ਅੱਛੀ ਆਉਂਦੀ ਸੀ ਇਹ ਨਹੀਂ ਤੁਸੀਂ ਕਹਿੰਦੇ ਸਾਡੇ ਮੇਲੇ ਅਨਪੜ੍ਹ ਹੀ ਹੁੰਦੇ ਰਹਿੰਦੇ ਪੜ੍ਹੇ ਲਿਖੇ ਵੀ ਆਏ ਜੀ ਜੀ ਜਿਹੜਾ ਪਹਿਲਾਂ ਪ੍ਰਤਾਪ ਸਿੰਘ ਦੂਸਰਾ ਸੀ ਉਹ ਵੀ 12 ਪੜ੍ਹੇ ਸੀ 12 ਪੜ੍ਹੇ ਵੀ ਅੱਜ ਦੇ ਬੀ ਏ ਐੱਮ ਏ ਦੇ ਬਰਾਬਰ ਹੁੰਦੇ ਸੀ ਜੀ ਜੀ ਅੱਛਾ ਉਸ ਤੋਂ ਬਾਅਦ ਫਿਰ ਲਕਸ਼ਮਣ ਸਿੰਘ ਜਿਹੜਾ ਉਹ ਵੀ ਖੜ੍ਹਾ ਹੋਇਆ ਅਤੇ ਦੂਸਰਾ 1967 ਤੋਂ ਬਾਅਦ 1970 ਦੇ ਵਿੱਚ 79 ਵਿੱਚ ਲਕਸ਼ਮਣ ਸਿੰਘ ਜਿੱਤਦਾ ਬਖਤਾਵਰ ਸਿੰਘ ਆਜ਼ਾਦ ਖੜਾ ਤਾਂ ਉਹ ਹਾਰ ਗਿਆ ਸੀਗਾ ਇਹ ਇੱਕ ਦੂਸਰੇ ਦੇ ਐਂਟੀ ਖੜੇ ਸੀ ਗੁਰੂਰ ਸਾਹਿਬ ਜੀ 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 ਤਾਂ ਉਸ ਤੋਂ ਬਾਅਦ ਫਿਰ 71 ਦੇ ਵਿੱਚ ਲਕਸ਼ਮਣ ਸਿੰਘ ਵੀ ਜਿੱਤ ਗਿਆ ਅਤੇ ਆਜ਼ਾਦ ਕਾਮਰੇਡ ਮਹਿਤਾਬ ਸਿੰਘ ਜਿੱਤ ਗਿਆ ਮਹਿਤਾਬ ਸਿੰਘ ਤਾਂ ਜਲਾਲਾਬਾਦ ਤੋਂ ਖੜੇ ਜਲਾਲਾਬਾਦ ਖੜੇ ਸੀਗੇ ਗੁਰੂ ਸਾਹਿਬ ਤੋਂ ਲਕਸ਼ਮਣ ਸਿੰਘ ਜੀ ਕਾਂਗਰਸ ਵੱਲੋਂ ਜਿੱਤ ਗਏ ਸੀਗੇ ਜੀ ਜੀ ਅਤੇ ਜਿਹੜੇ ਹਰਦੇ ਸੀ ਦੂਸਰੇ ਉਹਨਾਂ ਜ਼ਿਆਦਾਤਰ ਬੇਦੀ ਤੁਹਾਡੇ ਨੂੰ ਅਸੀਂ ਹਰਾਉਂਦੇ ਰਹੇ 62 'ਚ ਜਿਹੜਾ ਗੁਰੂ ਜਸਵੰਤ ਸਿੰਘ ਗੁਰੂ ਸਾਹਿਬ ਸੀ ਉਹ ਆਜ਼ਾਦ ਹੀ ਜਿੱਤ ਗਿਆ ਸੀ ਸਾਡੇ ਬਖਤਾਵਰ ਸਿੰਘ ਨੂੰ ਹਰਾ ਦਿੱਤਾ ਸੀ 1969 ਦੇ ਵਿੱਚ ਇਲੈਕਸ਼ਨ ਹੁੰਦਾ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ 1971 ਦੇ ਵਿੱਚ ਹਾਂ ਉਹਦੇ 'ਚ ਮਹਿਤਾਬ ਸਿੰਘ ਉੱਧਰ ਜਿੱਤ ਗਿਆ ਅਤੇ ਇੱਧਰ ਲਕਸ਼ਮਣ ਸਿੰਘ ਜਿੱਤਦਾ ਫਿਰ 77 'ਚ ਫਿਰ ਲਕਸ਼ਮਣ ਸਿੰਘ ਫਿਰ ਦੁਬਾਰਾ ਜਿੱਤ ਜਾਂਦਾ ਹੈ ਤੀਸਰੀ ਵਾਰ ਜੀ ਅਤੇ ਦੂਸਰੀ ਵਾਰ ਮਹਿਤਾਬ ਸਿੰਘ ਜਿੱਤਦਾ 80 'ਚ ਫਿਰ ਆਪਣਾ ਲਕਸ਼ਮਣ ਸਿੰਘ ਹਰਦਾ ਥੋੜ੍ਹੀਆਂ ਵੋਟਾਂ 'ਤੇ 1200 ਵੋਟਾਂ 'ਤੇ ਹਰਦਾ ਔਰ ਦੂਸਰਾ ਇੱਕ ਬੰਡੀਆਂ ਜਿੱਤ ਜਾਂਦਾ ਖੁਸ਼ਹਾਲ ਚੰਦ ਸੇਠ ਹੁੰਦਾ ਜਲਾਲਾਬਾਦ ਦਾ ਗੁਰੂ ਸਾਹਿਬ ਤੋਂ 1971 ਤੋਂ ਬਾਅਦ ਜਿਹੜੇ ਇਲੈਕਸ਼ਨ ਹੁੰਦੇ ਨੇ ਜੇ ਆਪਣਾ ਉਮੀਦਵਾਰ 1971 ਦੇ ਵਿੱਚ ਖੜਦਾ ਰਾਜ ਸਿੰਘ ਸਮਾਜ ਦਾ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਹੁੰਦਾ 77 77 ਠੀਕ ਹੈ ਜੀ ਉਹਦੇ 2 ਜਿੱਤ ਜਾਂਦੇ ਨੇ ਮਹਿਤਾਬ ਸਿੰਘ ਅਤੇ ਲਕਸ਼ਮਣ ਸਿੰਘ ਲਕਸ਼ਮਣ ਸਿੰਘ 3 ਵਾਰੀ ਜਿੱਤਿਆ ਫਿਰ ਤੀਸਰੀ ਵਾਰ ਮਹਿਤਾਬ ਸਿੰਘ 84 ਦੇ ਵਿੱਚ ਫਿਰ ਜਿੱਤਦਾ ਅਤੇ ਤੀਸਰੀ ਵਾਰ ਠੀਕ ਹੈ ਤਾਂ ਔਰ 84 ਦੇ ਵਿੱਚ ਹੀ ਆਪਣਾ ਫਿਰ ਟਿਕਟ ਲਕਸ਼ਮਣ ਸਿੰਘ ਨੂੰ ਨਹੀਂ ਮਿਲਦੀ ਜੇ ਆਪਣਾ ਸਜਵਾਰ ਸਿੰਘ ਨੂੰ ਆਜ਼ਾਦ ਹੀ ਅਸੀਂ ਜਿਤਾਉਂਦੇ ਉਹਦੇ 300 ਵੋਟਾਂ 'ਤੇ ਜਿਤਾ ਦਿੰਦੇ ਗੁਰੂ ਸਾਹਿਬ ਤੁਹਾਡੇ ਜਿਤਾ ਦਿੰਦੇ ਠੀਕ ਹੈ ਜੀ ਫਿਰ 93 ਦੇ ਵਿੱਚ ਜਾ ਕੇ ਆਪਣਾ ਫਲੀਆਂ ਵਾਲਾ ਮੋਹਨ ਸਿੰਘ ਫਲੀਆਂ ਵਾਲਾ ਨੂੰ ਫਲੀਆਂ ਵਾਲਾ ਕਹਿੰਦੇ ਅਤੇ ਉਹ ਸਮਝੌਤਾ ਹੋਣ ਕਰਕੇ ਅਕਾਲੀ ਪਾਰਟੀ ਤੋਂ ਉਹ ਬੀ ਐੱਸ ਐੱਫ ਵਾਲਾ ਜਿੱਦਾਂ ਤਾਂ ਅਕਾਲੀਆਂ ਦਾ ਫਿਰ ਬਾਈਕਾਟ ਵੀ ਹੋ ਗਿਆ ਸੀਗਾ ਉਹ ਜਿੱਤ ਗਿਆ ਮੈਂਬਰ ਪਾਰਲੀਮੈਂਟ 1993 'ਚ 1997 'ਚ ਫਿਰ ਜੀ ਜੀ 1984 ਦੇ ਵਿੱਚ ਕਿਹੜਾ ਉਮੀਦਵਾਰ ਸੀਗਾ ਜਿਹੜਾ ਉਹ ਕੋਈ ਢਿੱਲੋ ਸੀਗਾ ਕੋਈ ਰੰਧਾਵਾ ਸ਼ਾਇਦ ਢਿੱਲੋ ਮੈਨੂੰ ਯਾਦ ਨਹੀਂ ਹੈ ਕਾਂਗਰਸ ਦਾ ਵੱਡਾ ਲੀਡਰ ਸੀ ਉਹਨੂੰ ਹਰਾਇਆ ਸੀਗਾ ਅੱਛਾ ਫਿਰ ਉਸ ਤੋਂ ਬਾਅਦ ਇਹ 97 'ਚ ਫਿਰ ਜਿੱਤ ਜਾਂਦਾ ਫਲੀਆਂ ਵਾਲਾ ਅਤੇ ਫਿਰ ਫਿਰ 98 'ਚ 150 ਬਾਅਦ ਇਲੈਕਸ਼ਨ ਹੁੰਦਾ ਅਤੇ ਫਿਰ ਇਹ ਫਲੀਆਂ ਵਾਲਾ ਹਰ ਜਾਂਦਾ ਫਿਰ ਉਹ ਅਰਵਿੰਦ ਖੜਾ ਹੁੰਦਾ ਪਰ ਅੜਦਾ ਰਹਿੰਦਾ ਅਤੇ 97 ਦੇ ਵਿੱਚ ਜਿਹੜਾ ਜਲਾਲਾਬਾਦ ਤੋਂ ਅਕਾਲੀ ਪਾਰਟੀ ਤੋਂ ਸ਼ੇਰ ਸਿੰਘ ਕਵਾਇਆ ਨੂੰ ਜਿਤਾਉਂਦੇ ਸੀ ਠੀਕ ਹੈ ਅਤੇ 97 ਅਤੇ 92 ਦੇ ਵਿੱਚ ਜੋਸ਼ਨ ਖੜਾ ਹੁੰਦਾ ਉਹ ਜਲਾਲਾਬਾਦ ਜਿੱਤ ਜਾਂਦਾ ਅੱਛਾ ਜੀ ਅਤੇ ਫਿਰ 2007 ਦੇ ਵਿੱਚ ਅਸੀਂ ਫਿਰ ਸ਼ੇਰ ਸਿੰਘ ਜਿੱਤ ਜਾਂਦਾ 7 ਦੇ ਵਿੱਚ ਅਤੇ ਜੋਸ਼ਨ ਹਾਰ ਜਾਂਦਾ ਅਤੇ ਫਿਰ
ਫਿਰ ਉਦੋਂ ਬਾਅਦ ਪਾਰਲੀਮੈਂਟ ਦਾ ਇਲੈਕਸ਼ਨ ਜਿਹੜਾ 2009 'ਚ ਹੁੰਦਾ, 2009 'ਚ ਉਹ ਆਪਣੀ ਸੀਟ ਖਾਲੀ ਕਰਕੇ ਪਾਰਲੀਮੈਂਟ ਦਾ ਇਲੈਕਸ਼ਨ ਲੜਦਾ ਖਾਲੀ ਸੀਟ 'ਤੇ, ਫਿਰ ਸੁਖਬੀਰ ਬਾਦਲ ਉਹਦੇ 'ਤੇ ਕਬਜ਼ਾ ਕਰਦਾ ਜਲਾਲਾਬਾਦੀ ਜਲਾਲਾਬਾਦੀ ਸੀਟ 'ਤੇ, ਅਤੇ ਸ਼ੇਰ ਸਿੰਘ ਗਵਾਇਆ 9 'ਚ ਬਣਦਾ ਮੈਂਬਰ ਪਾਰਲੀਮੈਂਟ, ਜਗਵੀਰ ਸਿੰਘ ਬਰਾੜ ਨੂੰ ਰਹਿੰਦਾ, ਫਿਰ 14 ਵਿੱਚ ਫਿਰ ਖੜਾ ਹੁੰਦਾ ਅਤੇ ਆਪਣੇ ਸੁਨੀਲ ਜਾਖੜ ਨੂੰ ਰਹਿੰਦਾ ਵੱਡਾ ਚਿਰ, ਬਰਾਦਰੀ ਬਹੁਤ ਇਕੱਠੀ ਸੀ, ਅਤੇ ਫਿਰ ਉਦੋਂ ਬਾਅਦ ਫਿਰ ਖੜਾ ਹੁੰਦਾ 2019 ਦੇ ਵਿੱਚ, ਫਿਰ ਆਪਣਾ ਸ਼ੇਰ ਸਿੰਘ ਹਰਜਨ ਦਾ, ਅਤੇ 2017 ਦੇ ਵਿੱਚ ਉਹਦਾ ਬੇਟਾ ਨੂੰ ਟਿਕਟ ਮਿਲਦੀ ਕਾਂਗਰਸ ਦੀ, ਉਹ ਐਮ ਐਲ ਏ ਜਿੱਤ ਜਾਂਦਾ, ਅਤੇ ਫਿਰ ਉਹ 22 'ਚ ਖੜਾ ਹੁੰਦਾ ਤਾਂ ਉਹ ਹਰ ਜਾਂਦਾ ਦਵਿੰਦਰ ਕਵਾਇਆ, ਅਤੇ ਉਹਦੇ ਮੁਕਾਬਲੇ 'ਤੇ ਨਰਿੰਦਰ ਸੋਨਾ ਜਿਹੜਾ ਉਹ ਜਿੱਤ ਜਾਂਦਾ, ਫਾਜ਼ਿਲਕਾ ਤੋਂ ਗੁਰੂ ਸਾਹਿਬ ਤੋਂ ਆਪਣਾ ਫੌਜਾ ਸਿੰਘ ਸਰਾਰੀ ਬਠਿੰਡੇ ਰਹਿੰਦਾ ਸੀ, ਲੇਕਿਨ ਉਹਦਾ ਜੰਮਪਲ ਉੱਥੇ ਗੁਰੂ ਸਾਹਿਬ ਦੀ ਜ਼ਮੀਨ ਉੱਥੇ ਸਾਡੇ ਪਿੰਡ ਦੇ ਨਾਲ ਹੀ ਉਹ ਜਿੱਤਦਾ, ਅਤੇ ਇਸ ਤਰ੍ਹਾਂ ਦੀ ਸਥਿਤੀ ਬਣੀ, ਮਤਲਬ ਹਰ ਵਾਰੀ 2 ਬੰਦੇ ਸਾਡੇ ਜਿੱਤਦੇ ਰਹਿੰਦੇ, ਕਦੇ ਕਦੇ ਵਿੱਚੋਂ ਹਰ ਵੀ ਜਾਂਦੇ ਸੀ, ਲੇਕਿਨ 1947 ਤੋਂ 1937 ਤੋਂ ਲੈ ਕੇ ਉਹ ਇਲੈਕਸ਼ਨ ਲੜਦੇ ਰਹੇ, ਸਾਡਾ ਮੁਕਾਬਲਾ ਮੇਜਰ ਮੁਕਾਬਲਾ ਸੋਢੀਆਂ ਅਤੇ ਬੇਦੀਆਂ ਨਾਲ ਹੀ ਹੁੰਦਾ ਰਿਹਾ। ਜੀ ਜੀ, ਜਿੱਦਾਂ 2022 ਦੇ ਵਿੱਚ ਵੀ ਸਾਡੇ ਚਲੋ 2 ਐਮ ਐਲ ਏ ਸਾਹਿਬ ਜਿੱਤੇ ਸੀਗੇ, ਪਰ ਜਲਾਲਾਬਾਦ ਵਿਧਾਨ ਸਭਾ ਤੋਂ 2 ਐਮ ਐਲ ਏ ਉਮੀਦਵਾਰ ਜਿਹੜੇ ਸੀਗੇ ਉਹ ਇੱਕ ਦੂਸਰੇ ਦੇ ਐਂਟੀ ਸੀਗੇ, ਉਹ ਵੀ ਰਾਏ ਸਿੱਖ ਸੀਗੇ, ਰਾਏ ਸਿੱਖ ਉਹ ਹਰ ਗਏ ਕਾਫੀ, ਬੀਜੇਪੀ ਤੋਂ ਇੱਕ ਵੀ ਪੂਰਨ ਸਿੰਘ ਮਜੀਦੀਆ ਔਰ ਆਪਣਾ ਫਲੀਆਂ ਵਾਲਾ ਉਹ ਵੀ 7000 ਵੋਟਾਂ ਲੈ ਕੇ ਉਹ ਹਰ ਗਿਆ, ਅਗਰ ਇਕੱਲਾ ਹੁੰਦਾ ਤਾਂ ਉਹ ਜਿੱਤਣ ਦੇ ਕਿਨਾਰੇ ਪਹੁੰਚ ਜਾਣਾ ਸੀਗਾ। ਜੀ ਜੀ ਜੀ, ਸੋ ਇਹ ਜਾਣਕਾਰੀ ਸੀਗੀ ਜੋ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਲੱਗ ਰਿਹਾ ਕਿ ਜਿਹੜਾ ਰਾਏ ਸਿੱਖ ਉਮੀਦਵਾਰ ਅੱਗੇ ਚਿਹਰਾ ਆ ਸਕਦਾ ਕੋਈ ਨਾ? ਹਾਂ ਨਹੀਂ, ਦੇ ਵੀ ਸਕਦੇ ਨੇ, ਕਾਫੀ ਮੀਟਿੰਗਾਂ ਵੀ ਹੋ ਰਹੀਆਂ ਨੇ, ਅਤੇ ਜਿਸ ਤਰ੍ਹਾਂ ਪੁਰਾਣਾ ਇਤਿਹਾਸ ਦੇ ਸੀ ਤਾਂ ਜਿੱਤ ਸਕਦੇ ਨੇ, ਲੇਕਿਨ ਜੇ ਅਗਰ 2 ਪਾਰਟੀਆਂ ਵੱਲੋਂ 2 ਖੜੇ ਹੋਏ ਜੀ, ਫਿਰ ਤਾਂ ਉਹਨਾਂ ਦਾ ਮੁਸ਼ਕਲ ਹੈ ਜਿੱਤਣਾ, ਕੋਈ ਵੋਟਾਂ ਵੰਡੀਆਂ ਜਾਣਦੀਆਂ, ਲੇਕਿਨ ਕੋਈ ਆਜ਼ਾਦ 2 ਖੜੇ ਹੋ ਗਏ ਤਾਂ ਉਹਨਾਂ 'ਤੇ ਥੋੜ੍ਹੀਆਂ ਥੋੜ੍ਹੀਆਂ ਵੋਟਾਂ ਪੈਂਦੀਆਂ ਨੇ, ਉਹਨਾਂ ਤੱਕ ਉਹਨਾਂ ਦੀ ਕੋਈ ਵਕਤ ਨਹੀਂ। ਜੇ ਕਿਸੇ ਵੱਡੀ ਪਾਰਟੀ ਵੱਲੋਂ ਮੇਜਰ ਪਾਰਟੀਆਂ 4-5 ਨੇ, ਉਹਨਾਂ ਵਿੱਚੋਂ 2 ਖੜੇ ਹੋਏ ਫਿਰ ਜਿੱਤਣਾ ਮੁਸ਼ਕਲ ਹੈ, ਇਸ ਲਈ ਕੁਛ ਇੱਕ ਖੜਾ ਹੋਏ ਤਾਂ ਫਿਰ ਵੋਟਾਂ ਹੋਣਗੀਆਂ, ਦੂਜੀ ਬਰਾਦਰੀ ਦੀ ਵੋਟਾਂ ਸਾਨੂੰ ਪੈ ਜਾਂਦੀਆਂ ਨੇ। ਵਿਉਤਬੰਦੀ ਹੋਵੇ ਜੇਕਰ ਬਾਈ ਚਾਂਸ ਟਿਕਟ ਕਿਸੇ ਪਾਰਟੀ ਵੱਲੋਂ ਨਹੀਂ ਐਲਾਨੀ ਜਾਂਦੀ ਤਾਂ ਵਿਉਤਬੰਦੀ ਦੇ ਆਧਾਰ 'ਤੇ ਜ਼ਰੂਰ ਕੁਛ ਨਾ ਕੁਛ ਹੋ ਸਕਦਾ ਹੈ, ਪਰ ਉਹ ਪੁਰਾਣੇ ਚਿਹਰਿਆਂ ਨੂੰ ਕਿਤੇ ਨਾ ਕਿਤੇ ਫਿਰ ਵੀ ਨਮੋਚੀ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਲੋਕ ਇਹਨਾਂ ਕਰਕੇ, ਕਿਉਂਕਿ ਪਹਿਲਾਂ ਵੀ ਸਾਡੇ ਐਮ ਐਲ ਏ ਐਮ ਪੀ ਸਾਹਿਬਾਨ ਬਣਦੇ ਰਹੇ ਨੇ, ਤੇ ਥੋੜਾ ਜਿਹਾ ਪਾਸਾ ਵੜਦਾ ਜਾਪਦੇ ਨੇ ਰਾਏ ਸਿੱਖ ਸਮਾਜ ਦੇ ਲੋਕ। ਸਮਾਜ ਦੇ ਲੋਕ ਇਹ ਨੇ ਵੀ ਉਹ ਕਹਿੰਦੇ ਪਹਿਲੇ ਇੰਨੇ ਹੋਏ ਨੇ 1937 ਤੋਂ ਲੈ ਅੱਜ ਤੱਕ, ਸਾਡਾ ਸ਼ੁਰੂ ਕਾਸ ਦਾ ਮਸਲਾ ਜਦੋਂ ਹੋਇਆ ਹੈ ਹੈ, ਕੁਛ ਲੋਕਾਂ ਨੇ ਐਮ ਐਲ ਏ ਨੇ ਮਿਹਨਤ ਵੀ ਕਰੀ ਹੋਣੀ ਆਪਣੇ ਆਪਣੇ ਰਹਿੰਦੇ ਹੋਏ, ਲੇਕਿਨ ਸਮੱਸਿਆ ਹੱਲ ਨਹੀਂ ਹੋਈ ਨਾ ਸ਼ੁਰੂ ਕਾਸ ਸਮੇਂ, ਜਦੋਂ ਅਸੀਂ ਸ਼ਾਮਿਲ ਹੋਏ ਪੰਜਾਬ ਵਿੱਚ ਜਾ ਰਹੇ ਨੇ, ਸਾਡਾ ਨਾ ਕੋਈ ਐਮ ਐਲ ਏ ਸੀ ਅਤੇ ਨਾ ਐਮ ਪੀ ਸੀਗਾ ਅਤੇ ਨਾ ਮੰਤਰੀ ਸੀ, ਹਾਲਾਂਕਿ ਸਾਡੇ 3 ਮੰਤਰੀ ਹੋ ਚੁੱਕੇ ਨੇ ਅਤੇ ਹੋਰ ਮੁੱਖ ਜਥੇ, ਉਸ ਲਈ ਲੋਕਾਂ ਦੀ ਜਿਹੜੀ ਸਮੱਸਿਆ ਨੇ ਹਰ ਇੱਕ ਦੀ ਸਮੱਸਿਆ ਤੋਂ ਹੱਲ ਨਹੀਂ ਕਰ ਸਕਦੇ ਅਤੇ, ਲੇਕਿਨ ਸਾਂਝੀ ਸਮੱਸਿਆ ਨੂੰ ਉਹਨਾਂ ਨੇ ਇੰਨਾ ਹੱਥ ਨਹੀਂ ਪਾਇਆ, ਇੱਕ ਤਾਂ ਉਹਨਾਂ ਦੀ ਸੁਣਾਈ ਨਹੀਂ ਹੁੰਦੀ ਅਤੇ ਇਹ ਇੱਕ ਲੋਕਾਂ ਦੇ ਛੋਟੇ ਛੋਟੇ ਕੰਮ ਹੁੰਦੇ ਨੇ, ਉਹਨਾਂ ਨੂੰ ਲਿਜਾ ਦਿੰਦੇ ਛੋਟੇ ਕੰਮ 'ਚ, ਇਸ ਕਰਕੇ ਵੀ ਉਹਨਾਂ ਕੋਲ ਇਹ ਕੰਮ ਨਹੀਂ ਹੁੰਦੇ। ਵੈਸੇ ਮੇਰੇ ਨਾਲ ਨੇੜਤਾ ਤਾਂ ਸਾਰਿਆਂ ਨਾਲ ਬਖਤਾਵਰ ਸਿੰਘ ਨਾਲ ਵੀ ਰਹੀ ਹੈ, ਸਿਰਫ ਇੱਕ ਨਰਿੰਦਰ ਸੋਨਾ ਨੇ ਛੱਡ ਕੇ 1946 ਵਾਲੇ, ਕਿਉਂਕਿ ਉਦੋਂ ਥੋੜ੍ਹੇ ਉਹ ਬਿਮਾਰ ਹੋ ਗਏ ਸੀ ਅਤੇ ਮੈਂ ਆ ਗਿਆ ਸੀ, ਮੇਰੇ 'ਤੇ
6 ਸਾਲ ਹੋ ਗਏ ਸੀ ਦਿੱਲੀ ਆਏ ਨੂੰ, ਲੇਕਿਨ ਉਹਨੂੰ ਮਿਲ ਨਹੀਂ ਸਕਿਆ। ਲੇਕਿਨ ਉਹਦੇ ਕਾਗਜ਼ ਮੇਰੇ ਕੋਲ ਪਹੁੰਚੇ ਸੀ, ਉਹਨਾਂ ਦੇ ਕੁਛ ਨੋਟ ਵੀ ਮਿਲੇ ਸੀ, ਲੇਕਿਨ ਉਹਨਾਂ ਉਹ ਕੁਛ ਇਸ ਮਸਲੇ ਨੂੰ ਹੱਲ ਨਹੀਂ ਕਰਵਾ ਸਕੇ। ਅਤੇ ਕੋਸ਼ਿਸ਼ ਉਹਨਾਂ ਨੇ ਜ਼ਰੂਰ ਕਰੀ ਹੈ, ਕੁਛ ਤੁਹਾਨੂੰ ਪਹਿਲੇ ਦੱਸਿਆ ਚੱਲਣਾ ਸੀਗਾ ਲੋਕਾਂ ਦੇ, ਇਸ ਕਰਕੇ ਨਹੀਂ। ਇਹ ਕਾਰਜਕਾਲ ਕਿਸ ਦਾ ਸਭ ਤੋਂ ਵਧੀਆ ਦੇਖਦੇ ਹੋ, ਕਿਸ ਨੂੰ ਤੁਸੀਂ ਮਤਲਬ ਇਹਨਾਂ ਦੇ ਵਿੱਚ ਪਸੰਦ ਕਿਸ ਨੂੰ ਕੀਤਾ ਕਿ ਹੁਣ ਤੱਕ ਇਸ? ਸਾਰੇ ਹੀ ਪਸੰਦ ਨੇ, ਬਹੁਤ ਅੱਛੇ ਨੇ, ਬੜੇ ਸ਼ਰੀਫ ਨੇ। ਇਹਦੇ ਵਿੱਚ ਬਹੁਤ ਸਾਰੇ ਤਾਂ ਬਿਲਕੁਲ ਪੈਸੇ ਦੇ ਨੇੜੇ ਨਹੀਂ ਜਾਂਦੇ ਸੀ, ਕੋਈ ਹੇਰਾਫੇਰੀ ਨਹੀਂ ਕਰਦੇ ਸੀ, ਇਸ ਲਈ ਵਿਚਾਰੇ ਉਹਨਾਂ ਦੇ ਅੱਗੇ ਬੱਚੇ ਮੈਂ ਦੇਖੇ ਨੇ, ਉਹਨਾਂ ਦੇ ਦਿਹਾੜੀਆਂ ਕਰ ਰਹੇ ਨੇ। ਅੱਛਾ ਜੀ, ਹਾਂ। ਅਜਿਹਾ ਕੋਈ ਹੈਗਾ ਪਰਿਵਾਰ ਤੁਹਾਡੇ ਨੋਟ ਦੇ ਵਿੱਚ? ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ, ਦਿਹਾੜੀਆਂ ਕਰਦੇ ਨੇ, ਲੇਬਰ ਕਰਦੇ ਨੇ। ਅਤੇ ਉਹ ਜਿਵੇਂ ਪ੍ਰਤਾਪ ਸਿੰਘ ਜਿਹੜਾ ਹੈਗਾ 51 ਵੱਲ ਹੁਣ ਡੈਥ ਹੋ ਗਈ, ਨਰਿੰਦਰ ਸੋਨਾ ਉਹਦਾ ਇੱਕ ਰਾਜਸਥਾਨ ਦੇ ਵਿੱਚ, ਰਾਜਸਥਾਨ ਜਾਂ ਅਲਵਰ ਪਰਥਪੁਰ ਚ ਨੇ, ਅਤੇ ਉਹਨਾਂ ਦੇ ਅੱਗੇ ਔਲਾਦ ਇੱਥੇ ਇੱਕ ਦੀ ਡੈਥ ਹੋਈ, ਮਟਰ ਵਰਤ ਵੀ ਰੱਖਿਆ ਸੀ ਆਪਣੀ ਬਰਾਦਰੀ ਵਿੱਚ ਉਹਦੇ ਬੇਟੇ ਨੇ, ਅਤੇ ਉਹਦੇ ਦਿਹਾੜੀਆਂ ਪਾਈ ਪੂਈ ਸੀਗੇ। ਮਤਲਬ ਉਹ ਸੰਪੂਰਨ ਸੀਗੇ ਸਮਾਜ ਦੇ ਲੋਕਾਂ ਦੇ ਕੰਮ ਕਾਰਜ ਦੇ ਵਿੱਚ ਕਹਿ ਸਕਦੇ ਆਪਾਂ ਬਈ, ਉਹਨਾਂ ਨੇ ਵੀ ਮਨ ਤਾਂ ਨਹੀਂ ਕਹਿ ਸਕਦੇ ਕਿ ਇਮਾਨਦਾਰ ਸੀਗੇ, ਕੰਮ ਵੀ ਕੁਛ ਨਹੀਂ ਕਰ ਸਕਦੇ, ਲੇਕਿਨ ਉਹਨਾਂ ਨੂੰ ਕੁਛ ਬਣਾਇਆ ਨਹੀਂ। ਅਤੇ ਜੋ ਜਿਵੇਂ ਲਕਸ਼ਮਣ ਸਿੰਘ ਉਹਨੇ ਵੀ ਹੇਰਾ ਫੇਰੀ ਪੈਸੇ ਦੇ ਪੈਸੇ ਨਹੀਂ ਜਾਂਦਾ ਸੀਗਾ, ਅਤੇ ਬੱਚੇ ਤਾਂ ਨੌਕਰੀ ਥੋੜ੍ਹੇ ਬਹੁਤ ਲੱਗ ਗਏ, ਲੇਕਿਨ ਉਹਨਾਂ ਦੇ ਪਿੱਛੇ ਇੰਨੀ ਵੱਡੀ ਬੈਕਗਰਾਊਂਡ ਨਹੀਂ ਛੱਡ ਕੇ ਗਏ। ਬਖਤਾਵਰ ਸਿੰਘ ਦੇ ਬੱਚੇ ਉਹ ਵੀ ਕੋਈ ਖਾਸ ਉਸ ਤੋਂ ਅੱਗੇ ਨਹੀਂ ਵੱਧ ਸਕੇ, ਅਤੇ ਬਾਕੀ ਦੇ ਨੇ ਕਿਉਂਕਿ ਪਿਛੜੀ ਕੌਮ ਹੈ, ਅਤੇ ਲੋਕ ਵੀ ਥੋੜ੍ਹੀ ਦੇਰ ਦੇਖਦੇ ਨੇ, ਉਹਨਾਂ ਨੂੰ ਆਪਣੇ ਕੰਮ ਚਾਹੀਦੇ ਨੇ। ਅਤੇ ਵੈਸੇ ਬਹੁਤ ਅੱਛੇ ਸੀ, ਇਹਨਾਂ ਨੇ ਅੱਛੇ ਕੰਮ ਕਰੇ ਵੀ ਹੋਣੇ ਨੇ, ਛੋਟੇ ਮੋਟੇ ਜਿਹੜੇ ਹੁੰਦੇ ਨੇ, ਸਾਡੇ ਕੰਮ ਵੀ ਵੱਡੇ ਨਹੀਂ ਹੁੰਦੇ। ਅਤੇ ਅੱਛੇ ਸੀਗੇ, ਲੇਕਿਨ ਜਿਹੜਾ ਅਸਲ ਮੁੱਦਾ ਸੀ ਉਸ ਤੋਂ ਉਹ ਨਹੀਂ ਹਾਸਲ ਹੋ ਸਕਿਆ। ਜੀ ਜੀ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜਾਣਕਾਰੀ ਸਾਂਝੀ ਕੀਤੀ। ਸੋ ਇਹ ਸੀਗੀ ਜਾਣਕਾਰੀ ਜੋ ਰਾਏ ਸਿੱਖ ਸਮਾਜ ਨਾਲ ਸੰਬੰਧਿਤ MLA MP ਸਾਹਿਬਾਨ 1936 ਤੋਂ ਲੈ ਕੇ ਉਮੀਦਵਾਰੀ ਦੇ ਤੌਰ 'ਤੇ ਖੜਦੇ ਰਹੇ, ਅਤੇ ਕੁਝ MLA MP ਸਾਹਿਬਾਨ ਬਣਦੇ ਵੀ ਰਹੇ, ਮੰਤਰੀ ਵੀ ਬਣੇ, ਮੰਤਰੀ ਤੱਕ ਦੇ ਜਿਹੜਾ ਪਦ ਸੰਭਾਲਿਆ। ਤਿੰਨ ਕਿਹੜੇ ਕਿਹੜੇ ਉਹ? ਥੋੜ੍ਹਾ ਜਿਹਾ ਬਖਤਾਵਰ ਸਿੰਘ, ਸਜਵਾਰ ਸਿੰਘ ਜੀ 1997 ਦੇ ਵਿੱਚ ਜੀ, ਦੋ ਵਾਰੀ ਬਣੇ, ਬਖਤਾਵਰ ਸਿੰਘ ਦੋ ਵਾਰੀ ਡਿਪਟੀ ਮਿਨਿਸਟਰ ਦੇ ਵਿੱਚ, ਤੇ ਇਹ ਤਾਂ 2022 ਦੇ ਵਿੱਚ ਆਪਣਾ ਫੌਜਾ ਸਿੰਘ ਸਰਾਰੀ ਬਣੇ ਜੀ ਜੀ, ਇਹ ਇੱਕ ਵਾਰੀ ਬਣੇ ਜੀ। ਸੋ ਬਹੁਤ ਬਹੁਤ ਧੰਨਵਾਦ, ਇਹ ਸੀਗਾ ਜੋ ਇਤਿਹਾਸ, ਜ਼ਰੂਰ ਸਾਂਝਾ ਕਰਿਓ, ਤੁਹਾਨੂੰ ਗਰਵ ਹੋਣਾ ਚਾਹੀਦਾ ਹੈ, ਗਰਵ ਉਹਨਾਂ 'ਤੇ ਵੀ ਹੋਣਾ ਚਾਹੀਦਾ ਜਿਨ੍ਹਾਂ ਨੇ ਹੁਣ ਤੱਕ ਨਿਸਵਾਰਥ ਸੇਵਾ ਕੀਤੀ, ਕਿਉਂਕਿ ਹੁਣ ਤੁਸੀਂ ਦੇਖਦੇ ਹੀ ਹੋ ਸਾਰੇ ਪੈਸਾ ਜੋੜਨ ਦੇ ਵੱਲ ਧਿਆਨ ਦਿੰਦੇ ਨੇ, ਪਰ ਕੁਝ ਅਜਿਹੇ ਵੀ MLA MP ਸਾਹਿਬਾਨ ਹੋਏ ਨੇ ਜਿਨ੍ਹਾਂ ਨੇ ਨਿਸਵਾਰਥ ਸੇਵਾ ਕੀਤੀ, ਅੱਜ ਉਹਨਾਂ ਦਾ ਬੇਸ਼ੱਕ ਜਿਹੜਾ ਪਰਿਵਾਰ ਹੈਗਾ ਹੈ ਮਿਹਨਤ ਮਜ਼ਦੂਰੀ ਕਰ ਰਿਹਾ ਹੈ, ਕੁਛ ਦਿਹਾੜੀਆਂ ਵੀ ਕਰ ਰਿਹਾ ਹੈ, ਪਰ ਉਹਨਾਂ ਨੇ ਪਿੱਛੇ ਕੁਛ ਨਹੀਂ, ਆਪਦੇ ਲਈ ਕੁਛ ਨਹੀਂ ਜੋੜਿਆ, ਸਿਰਫ ਅਤੇ ਸਿਰਫ ਸਮਾਜ ਦੇ ਲਈ ਜਿਹੜਾ ਤੀ। ਸੋ ਇਹ ਸੀ ਜਾਣਕਾਰੀ, ਜਾਣਕਾਰੀ ਸ਼ੇਅਰ ਜ਼ਰੂਰ ਕਰਨਾ, ਆਪਣੇ ਆਪ 'ਤੇ ਗਰਵ ਮਹਿਸੂਸ ਜ਼ਰੂਰ ਕਰਨਾ, ਆਪਣੇ ਕਮੈਂਟ ਜ਼ਰੂਰ ਦੇਣਾ, ਜੇਕਰ ਕੋਈ ਗੱਲਬਾਤ ਰਹਿ ਗਈ ਹੋਵੇ ਤਾਂ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਬਹੁਤ ਬਹੁਤ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ।